ਫਿਰ ਅਸੀਂ ਉਤੋਂ ਫਿਲਮ ਦੇਖ ਕੇ ਮੈਂ ਇੱਕ ਗੱਲ ਮਾਤਾ ਜੀ ਹੋਰ ਜ਼ਰੂਰ ਸੁਣੀ ਆ ਭਾਈ ਇਹ ਦੱਸ ਰਹੇ ਸੀਗੇ ਕਿ ਰਹੇ ਕਿ ਤੁਸੀਂ ਤੇ ਸੁਖਬੀਰ ਸਿੰਘ ਬਾਦਲ ਇਕੱਠੇ ਖੇਡੇ ਹੋ ਵੱਡੇ ਹੋਏ ਹੋ ਮੇਰੇ ਫਾਦਰ ਨਾਲ ਉਹਨਾਂ ਕੋਲ ਸਰਵਿਸ ਕਰਦੇ ਸੀਗੇ ਤਾਂ ਬਾਲ ਸਾਹਿਬ ਦੇ ਨਾਲ ਇਸ ਟਾਈਮ DSP ਰਿਟਾਇਰ ਹੋ ਕੇ ਐਕਸਪਾਇਰ ਹੋ ਗਏ ਹੈ ਪਰ ਬਾਲ ਸਾਹਿਬ ਦਾ ਜਦੋਂ ਆਪਣੇ ਬੱਚਿਆਂ ਨੂੰ ਫਿਲਮ ਦੇਖਣ ਵਾਸਤੇ ਲੈ ਆਉਂਦੇ ਸੀ ਫਿਰ ਉਹ ਮੇਰੇ ਡੈਡੀ ਨੂੰ ਕਹਿੰਦੇ ਹੁੰਦੇ ਸੀ ਸੁਜਾਨ ਸਿੰਘ ਤੂੰ ਆਪਣੇ ਬੱਚੇ ਵੀ ਨਾਲ ਲੈ ਕੇ ਆ ਫਿਰ ਅਸੀਂ ਉੱਥੋਂ ਫਿਲਮ ਦੇਖ ਕੇ ਉਹਨਾਂ ਦੀ ਕੋਠੀ ਚਲੇ ਜਾਣਾ ਇਕੱਠੇ ਬਹਿਣਾ ਇਕੱਠੇ ਖਾਣਾ ਇਕੱਠੇ ਕੇ ਕਿੱਦਾਂ ਦਾ ਨੇਚਰ ਸੀਗਾ ਕਿੰਨਾ ਕੁ ਪਿਆਰ ਕਰਦੇ ਸੀ ਵੱਡੇ ਬਾਦਲ ਸਾਹਿਬ ਤੁਹਾਨੂੰ ਤੇ ਸੁਖਬੀਰ ਸਿੰਘ ਬਾਦਲ ਦਾ ਉਹਨਾਂ ਦਾ ਨੇਚਰ ਬਹੁਤ ਵਧੀਆ ਸੀ ਸੁਖਬੀਰ ਬਾਦਲ ਵੀ ਠੀਕ ਹੈਗੇ ਉਹਨਾਂ ਵਰਗੇ ਕੀ ਚੀਜ਼ਾਂ ਯਾਦ ਆਉਂਦੀਆਂ ਉਸ ਸਮੇਂ ਦੀਆਂ ਬਚਪਨ ਦੀਆਂ ਸੁਖਬੀਰ ਸਿੰਘ ਬਾਦਲ ਦੀਆਂ ਔਰ ਕੀ ਕਹਿ ਕੇ ਬੁਲਾਉਂਦੇ ਸੀ ਸੁਖਬੀਰ ਸਿੰਘ ਬਾਦਲ ਨੂੰ ਉਸ ਟਾਈਮ ਭਾਜੀ ਕਹਿ ਕੇ ਬੁਲਾਈਦਾ ਸੀ ਹਾਂਜੀ ਕੁਝ ਚੀਜ਼ਾਂ ਯਾਦ ਹੈਗੀਆਂ ਜਦੋਂ ਇਕੱਠੇ ਜਾਂਦੇ ਸੀ ਕੁਝ ਕਿੱਸਾ ਯਾਦ ਹੋਵੇ ਤੁਹਾਨੂੰ ਉਸ ਟਾਈਮ ਦਾ ਬਸ ਫਿਲਮਾਂ ਦੇਖਣ ਜਾਂਦੇ ਸੀ ਇਕੱਠੇ ਇਕੱਠੇ ਫਿਲਮ ਦੇਖਣ ਚਲੇ ਜਾਂਦੇ ਸੀ ਕਿਤੇ ਕਿਤੇ ਬਾਕੀ ਜਿਹੜਾ ਫਰੂਟ ਬਾਹਰੋਂ ਆਉਣਾ ਬਾਦਲ ਸਾਹਿਬ ਦੇ ਘਰੇ ਉਹ ਸਾਡੇ ਘਰੇ ਵੀ ਆ ਜਾਂਦਾ ਉਹ ਸਾਡੇ ਘਰੇ ਵੀ ਆਉਂਦਾ ਸੀ ਇੰਨਾ ਪਿਆਰ ਕਰਦੇ ਸੀ ਤੁਹਾਡੇ ਨਾਲ ਮੇਰਾ ਵਿਆਹ ਹੋਇਆ ਮਾਸੀ ਉਹਨਾਂ ਦੀ ਬਾਲ ਸਾਹਿਬ ਦੀ ਮਾਸੀ ਤੱਕ ਮੇਰੇ ਵਿਆਹ ਵਾਸਤੇ ਉਹਨਾਂ ਨੇ ਦਰੀਆਂ ਕੇਸ ਚਾਦਰਾਂ ਭੇਜੀ ਸੁਖਬੀਰ ਸਿੰਘ ਬਾਦਲ ਦੇ ਨਾਲ ਖੇਡਦੇ ਸੀ ਕੋਈ ਕਦੇ ਵਾਕਿਆ ਹੋਇਆ ਕੋਈ ਯਾਦ ਚੀਜ਼ ਯਾਦ ਆਉਂਦੀ ਹੋਵੇ ਕਿ ਉਹ ਚੀਜ਼ ਹੋਈ ਸੀ ਕਦੇ ਨਹੀਂ ਇੰਨਾ ਤਾਂ ਨਹੀਂ ਥੋੜ੍ਹਾ ਜਿਹਾ ਉਸ ਵੇਲੇ ਬਚਪਨਾ ਜ਼ਿਆਦਾ ਸੀ ਇੰਨਾ ਤਾਂ ਕੁਛ ਨਹੀਂ ਯਾਦ ਸੀ ਬਾਈ ਇਹ ਪਤਾ ਕਿ ਮੈਂ ਬਾਲ ਸਾਹਿਬ ਨਾਲ ਜਾਂਦੀ ਆਉਂਦੀ ਸੀ ਮੇਰੇ ਡੈਡੀ ਲੈ ਜਾਂਦੇ ਸੀ ਗੱਡੀ ਬਾਈ ਸੈਕਟਰ ਰਹਿੰਦੇ ਸੀਗੇ ਅਸੀਂ ਬਾਈ ਸੈਕਟਰ ਰਹਿੰਦੇ ਸੀ ਬਾਈ ਡੀ 'ਚ ਤੇ ਫਿਰ ਕਿੰਨੇ ਕੁ ਸਾਲ ਖੇਡੇ ਤੁਸੀਂ ਉਹਨਾਂ ਦੇ ਨਾਲ ਘੱਟ ਤੋਂ ਘੱਟ ਵੀ 5-6 ਸਾਲ ਤੱਕ ਖੇਲੇ ਜੀ ਕੀ ਕੀ ਚੀਜ਼ਾਂ ਖੇਡਦੇ ਸੀ ਕਿੱਥੇ ਖੇਡਦੇ ਸੀ ਉਹਨਾਂ ਦੇ ਘਰੇ ਹੀ ਬਸ ਜਿਵੇਂ ਉਹਨਾਂ ਦੇ ਪਾਰਕਾਂ ਪੂਰਕਾਂ ਹੁੰਦੀਆਂ ਸੀ ਪਾਰਕਾਂ 'ਚ ਬਹਿਣਾ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਖੇਡਣਾ ਬਸ ਜਿਵੇਂ ਬੱਚੇ ਖੇਡਦੇ ਕਿੱਦਾਂ ਦੇ ਸ਼ਖਸ ਲੱਗਦੇ ਤੁਹਾਨੂੰ ਸੁਖਬੀਰ ਸਿੰਘ ਬਾਦਲ ਬਹੁਤ ਵਧੀਆ ਸ਼ਖਸ ਦਿਲ ਦੇ ਕਿੱਦਾਂ ਦੇ ਨੇ ਦਿਲ ਦੇ ਸਾਫ ਨੇ ਨੀਤ ਦੇ ਸਾਫ ਨੇ ਜੈਸੇ ਬਦਲ ਬਾਦਲ ਸਾਹਿਬ ਸਾਫ ਸੀ ਉੱਥੇ ਉਹ ਹਾਲਾਂਕਿ ਤੁਸੀਂ ਵੀ ਸੋਸ਼ਲ ਮੀਡੀਆ ਦੇ ਵੀਡੀਓ ਦੇਖਦੇ ਹੋ ਲੋਕੀ ਕੁਛ ਦਾ ਕੀ ਦਿਖਾਉਂਦੇ ਆ ਪਰ ਤੁਸੀਂ ਉਹਨਾਂ ਨਾਲ ਖੇਡੇ ਹੋ ਤੁਹਾਨੂੰ ਕਿੱਦਾਂ ਲੱਗਦੇ ਆ ਸੁਖਬੀਰ ਸਿੰਘ ਬਾਦਲ ਉਦੋਂ ਤੋਂ ਹੁਣ ਤੱਕ ਉਦੋਂ ਮੇਰੇ ਤੋਂ ਵੀ ਬਜ਼ੁਰਗ ਲੱਗ ਰਿਹਾ ਇਸ ਟਾਈਮ ਨੇਚਰ ਵਾਈਜ਼ ਕਿੱਦਾਂ ਹਾਂ ਨੇਚਰ ਵਾਈਜ਼ ਠੀਕ ਨੇ ਅਜੇ ਵੀ ਠੀਕ ਬੁਲਾਉਂਦੇ ਆ ਸਾਰਿਆਂ ਨੂੰ ਹੁਣ ਵੀ ਬੁਲਾਉਂਦੇ ਆ ਤੁਹਾਨੂੰ ਹੁਣ ਜੇ ਮਿਲਣਗੇ ਤਾਂ ਮੈਂ ਉਹਨਾਂ ਨੂੰ ਯਾਦ ਕਰਾਉਂਗੀ ਤਾਂ ਜ਼ਰੂਰ ਉਹਨਾਂ ਨੂੰ ਯਾਦ ਆਏਗਾ ਵੀ ਅਸੀਂ ਵੀ ਬਚਪਨ 'ਚ ਖੇਡੇ ਸੀ ਇਕੱਠੇ ਬਾਦਲ ਸਾਹਿਬ ਅਗਰ ਕਦੇ ਤੁਸੀਂ ਆਏ ਲੁਧਿਆਣੇ ਦੇ ਵਿੱਚ ਅਤੇ ਮਾਡਲ ਟਾਊਨ ਦੇ ਵਿੱਚ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਭਾਅ ਜੀ ਬਾਬਾ ਜੀ ਬਰਗਰ ਵਾਲੇ ਖੜ੍ਹਦੇ ਨਾਲ ਮਾਤਾ ਜੀ ਖੜ੍ਹਦੇ ਆ ਭਾਅ ਜੀ ਤੁਸੀਂ ਤੁਹਾਨੂੰ ਕੀ ਕੀ ਚੀਜ਼ਾਂ ਪਤਾ ਮਾਤਾ ਜੀ ਨੇ ਹੋਰ ਕੋਈ ਕੀ ਹੁਣ ਮਾਤਾ ਜੀ ਨੂੰ ਇੰਨੀਆਂ ਚੀਜ਼ਾਂ ਯਾਦ ਨਹੀਂ ਆ ਰਹੀਆਂ ਸ਼ਾਇਦ ਕੈਮਰਾ ਇਹ ਸੁਣਿਆ ਵੀ ਉੱਥੇ ਵਾਈਸ ਕਟਰ 'ਚ ਮੰਮੀ ਰਹਿੰਦੇ ਸੀ ਨਾਨਾ ਜੀ ਕੋਲ ਸਰਕਾਰੀ ਰਿਆਸੀ ਬਾਈ ਡੀ ਦੇ ਵਿੱਚ ਅਤੇ ਬਾਦਲ ਸਾਹਿਬ ਨਾਲ ਗੁਰੂ ਰਾਮ ਸਿੰਘ ਲਕਸ਼ਮਣ ਸਿੰਘ ਗਿੱਲ ਨਾਲ ਦਰਬਾਰਾ ਸਿੰਘ ਨਾਲ ਕੈਰੋ ਨਾਲ ਸਾਰੇ ਮੁੱਖ ਮੰਤਰੀਆਂ ਨਾਲ ਮੇਰੇ ਨਾਨਾ ਜੀ ਰਹੇ ਹੈ CM ਸਿਕਿਉਰਿਟੀ ਦੇ ਵਿੱਚ DSP ਹੁੰਦੇ ਸੀ ਆਪਣੀ ਕੀ ਪੋਸਟ ਸੀ ਮੈਨੂੰ ਯਾਦ ਨਹੀਂ ਹੁਣ ਪੂਰਾ ਡੈਡੀ ਮੇਰੇ ਦੱਸਦੇ ਹੁੰਦੇ ਸੀ ਅਤੇ CM ਸਿਕਿਉਰਿਟੀ 'ਚ ਸੀਗੇ ਬਾਦਲ ਸਾਹਿਬ ਬਾਰੇ ਕੀ ਦੱਸਦੇ ਆ ਵੱਡੇ ਬਾਦਲ ਸਾਹਿਬ ਬਾਰੇ ਅਤੇ ਸੁਖਬੀਰ ਸਿੰਘ ਬਾਦਲ ਸਾਹਿਬ ਬਾਰੇ ਕੀ ਦੱਸਦੇ ਆ ਪਾਪਾ ਨੂੰ ਪੂਰਾ ਮੈਨੂੰ ਕਾਫੀ ਚਿਰ ਹੋ ਗਿਆ ਅਤੇ ਜ਼ਿਆਦਾ ਮੰਮੀ ਨੂੰ ਪਤਾ ਜੋ ਦੱਸਿਆ ਉਹਨਾਂ ਨੇ ਬਸ ਮੈਂ ਆਪਣੇ ਬੱਚੇ ਖੁਦ ਆਪ ਪਾਲਿਆ ਕਿ ਇਹ ਇਹਨਾਂ ਨੇ ਪਾਰਟੀ ਦੀ ਸੇਵਾ ਹੀ ਕੀਤੀ ਮੇਰੇ ਪਾਪਾ ਨੇ ਮੈਂ ਖੁਦ ਮਿਹਨਤ ਕਰਕੇ ਆਪਣੇ ਬੱਚੇ ਆਪ ਪਾਲੇ ਔਰ ਅਕਾਲੀ ਦਲ ਦੇ ਮੋਰਚਾ 'ਚ ਮੇਰੀ ਮੰਮੀ ਨੇ ਜੇਲ੍ਹਾਂ ਵੀ ਕੱਟੀਆਂ ਮਾਤਾ ਤੁਸੀਂ ਵੀ ਜੇਲ੍ਹਾਂ ਕੱਟੀਆਂ ਮੈਂ ਕੱਟੀਆਂ ਬੱਚੇ ਚਾਰ ਬੱਚੇ ਨਾਲ ਲੈ ਜਾਂਦੇ ਸੀ ਚਾਰ ਕੁੜੀਆਂ ਸੀ ਮੇਰੀਆਂ ਉਸ ਟਾਈਮ ਇਹ ਤਾਂ ਬਹੁਤ ਦੇਰ ਬਾਅਦ ਹੋਇਆ 7 ਬੇਟੀਆਂ ਤੋਂ ਬਾਅਦ ਹੋਇਆ ਪਰ ਜਦੋਂ ਇਹਨਾਂ ਦਾ ਐਕਸੀਡੈਂਟ ਹੋਇਆ ਨਾ ਉਦੋਂ ਸਾਡੀ ਵੈਸੇ ਅਕਾਲੀ ਦਲ ਨੇ ਮਦਦ ਨਹੀਂ ਕੀਤੀ ਬਿਲਕੁਲ ਅਕਾਲੀ ਦਲ ਦੀ ਰੈਲੀ 'ਚ ਮੇਰੇ ਡੈਡੀ ਕੀ ਚੀਜ਼ ਅਕਾਲੀ ਦਲ ਦੀ ਰੈਲੀ 'ਚ ਮੇਰੇ ਡੈਡੀ ਪੂਰੇ ਹੋਏ ਉਹ ਕਿੱਦਾਂ ਪੂਰੇ ਹੋਏ ਰੈਲੀ 'ਚ ਟਰੱਕ ਚੜ ਗਿਆ ਐਕਸੀਡੈਂਟ ਹੋ ਗਿਆ ਸੀ ਉਹਨਾਂ ਕਿੱਥੇ ਸੀਗੀ ਰੈਲੀ ਤਾਜਪੁਰ ਰੋਡ ਤੇ ਜਦੋਂ ਹੀਰਾ ਸਿੰਘ ਆਪਣੇ ਜੇਲ੍ਹ ਮੰਤਰੀ ਬਣੇ ਪਰ ਗੇੜਾ ਨਹੀਂ ਮਾਰਿਆ ਉਹਨਾਂ ਨੇ ਕਦੇ ਵੀ ਉਹਨਾਂ ਨੇ ਮੁੜ ਕੇ ਸਾਨੂੰ ਪੁੱਛਿਆ ਨਹੀਂ ਜੇਲ੍ਹ ਮੰਤਰੀ ਹੀਰਾ ਸਿੰਘ ਆਪਣੀ ਰੈਲੀ 'ਚ ਪੂਰੇ ਹੋਏ ਸੀ ਫਿਰ ਤੁਸੀਂ ਕਦੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਾਦਲ ਸਾਹਿਬ ਦੇ ਨਾਲ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਕੁਝ ਕਹਿਣ ਦੀ ਨਹੀਂ ਲੱਗਿਆ ਬੱਚਿਆਂ 'ਚੋਂ ਮਿਲਣ ਦਾ ਵੀ ਅਗਲੇ ਜਾ ਕੇ ਮਿਲੀਏ ਬੱਚੇ ਕੁੜੀਆਂ ਮਿਲਣ ਵਾਲੀਆਂ ਹੁੰਦੀਆਂ ਸੀ ਜਿਹੜੇ ਮੂਹਰੇ ਹੁੰਦੇ ਆ ਉਹ ਮਿਲਣ ਨਹੀਂ ਦਿੰਦੇ ਨਾ ਬਿਲਕੁਲ ਚਲੋ ਇਹ ਤਾਂ ਸਿਆਸਤ ਦੀਆਂ ਗੱਲਾਂ ਹੋ ਗਈਆਂ ਤੇ ਨਾਲ ਨਾਲ ਇੰਨੀ ਵਿੱਚ ਬਰਗਰ ਵੀ ਤਿਆਰ ਹੋ ਗਿਆ ਮੈਂ ਕੌਂਸਲਰ ਦੀ ਚੋਣ ਵੀ ਲੜੀ ਹੋਈ ਹੈ ਮੈਨੂੰ ਪਾਰਟੀ ਨੇ ਮੇਰਾ ਨੰਬਰ ਆਇਆ ਸੀ ਮੈਨੂੰ ਪਾਰਟੀ ਨੇ ਛੱਡ ਕੇ ਦੂਸਰੇ ਬੰਦੇ ਨੂੰ ਦੇਤੀ ਟਿਕਟ
ਫਿਰ ਮੈਂ ਜੇ ਮੈਂ ਨਹੀਂ ਜਿੱਤ ਸਕੀ ਤਾਂ ਉਹ ਵੀ ਹਾਰ ਗਈ ਗੱਲ ਤਾਂ ਉੱਥੇ ਆਉਂਦੀ ਹੈ ਕਹਿੰਦੇ ਕਿ ਸਿਆਸਤ ਦੇ ਵਿੱਚ ਕੋਈ ਵੀ ਪਰਮਾਨੈਂਟ ਨਹੀਂ ਹੁੰਦਾ ਔਰ ਸਿਆਸਤ ਸਿਆਸਤ ਹੀ ਹੁੰਦੀ ਹੈ ਕੋਈ ਕਹਿੰਦਾ ਦੁਸ਼ਮਣ ਨਹੀਂ ਹੁੰਦਾ ਸਿਆਸਤ ਦੇ ਵਿੱਚ ਕੋਈ ਦੋਸਤ ਨਹੀਂ ਹੁੰਦਾ